ਗਰਮੀਆਂ ਦੀ ਰੁੱਤ ਵਿੱਚ ਸਰੀਰ ਨੂੰ ਠੰਡਕ ਦੇਣ ਵਾਲਾ ਆਯੁਰਵੈਦਿਕ ਤੇ ਯੂਨਾਨੀ ਦਵਾਈਆਂ ਵਿੱਚ ਬਹੁਤ ਹੀ ਖਾਸ ਤੌਰ ਤੇ ਵਰਤਿਆ ਜਾਣ ਵਾਲਾ ਫਲ ਖਰਬੂਜਾ ਆਓ ਇਸ ਬਾਰੇ ਸੰਪੂਰਨ ਜਾਣਕਾਰੀ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਡਾਕਟਰ ਗਗਨਪ੍ਰੀਤ ਕੌਰ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਆਯੁਰਵੈਦਿਕ ਰਸੋਈ ਅੱਜ ਅਸੀਂ ਖਰਬੂਜੇ ਬਾਰੇ ਗੱਲ ਕਰਾਂਗੇ ਖਰਬੂਜਾ ਜਿਸ ਤੋਂ ਕਿ ਬਹੁਤ ਸਾਰੀਆਂ ਲੋਕ ਰੈਸਪੀਜ਼ ਬਣਾਉਂਦੇ ਹਨ ਪਰ ਇਸ ਦੇ ਨਾਲ ਕਿਸੇ ਵੀ ਚੀਜ਼ ਦਾ ਜੇ ਅਸੀਂ ਕੰਬੀਨੇਸ਼ਨ ਕਰਦੇ ਹਾਂ ਤਾਂ ਉਹ ਵਿਰੁੱਧ ਆਹਾਰ ਹੋ ਜਾਂਦਾ ਹੈ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਖਰਬੂਜਾ ਇੱਕ ਅਜੀਹਾ ਫਲ ਹੈ ਜਿਸ ਨੂੰ ਅਸੀਂ ਕੱਲੇ ਹੀ ਖਾ ਸਕਦੇ ਹਾਂ ਤੇ ਇਸ ਨੂੰ ਸਾਨੂੰ ਕੋਈ ਵੀ ਰੈਸਪੀ ਤਿਆਰ ਨਹੀਂ ਕਰਨੀ ਚਾਹੀਦੀ ਪਰ ਇਸ ਦੀ ਵਰਤੋਂ ਅਸੀਂ ਸਹੀ ਤਰੀਕੇ ਨਾਲ ਕਰ ਕਿ ਆਓ ਇਸਾਰੇ ਡਿਟੇਲ ਵਿੱਚ ਜਾਣਕਾਰੀ ਲੈਂਦੇ ਹਾਂ ਖਰਬੂਜਾ ਰਸ ਵਿੱਚ ਮਧੂਰ ਯਾਨੀ ਕਿ ਮਿੱਠਾ ਹੁੰਦਾ ਹੈ ਤੇ ਤਾਸੀਰ ਵਿੱਚ ਠੰਡਾ ਹੁੰਦਾ ਹੈ ਇਹ ਮੂਤਰਲ ਹੈ ਜਿਨ੍ਹਾਂ ਨੂੰ ਮੂਤਰ ਸੰਬੰਧੀ ਕੋਈ ਵੀ ਰੋਗ ਹਨ ਉਹਨਾਂ ਦੇ ਲਈ ਬਹੁਤ ਚੰਗਾ ਹੈ ਪਿਸ਼ਾਬ ਦਾ ਖੁੱਲ ਕੇ ਨਾ ਆਉਣਾ ਜਾਂ ਪਿਸ਼ਾਬ ਰੁਕ ਰੁਕ ਕੇ ਆਉਣਾ ਪਿਸ਼ਾਬ ਦੇ ਵਿੱਚ ਜਲਨ ਹੋਣੀ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਵਿੱਚ ਖਰਬੂਜੇ ਦੀ ਵਰਤੋਂ ਬਹੁਤ ਲਾਭਦਾਇਕ ਹੈ ਇਹ ਪੇਟ ਦੀਆਂ ਅੰਤੜੀਆਂ ਦੀ ਸਫਾਈ ਕਰਦਾ ਹੈ ਇਸ ਕਰਕੇ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਕਬਜ਼ ਰਹਿ ਰਹੀ ਹੈ ਉਹਨਾਂ ਲਈ ਵੀ ਇਹ ਫਲ ਬਹੁਤ ਉੱਤਮ ਹੈ ਇਹ ਫਲ ਹੱਡੀਆਂ ਜੋੜਾਂ ਦੇ ਦਰਦ ਲਈ ਖਾਸ ਤੌਰ ਤੇ ਜੇ ਸਰੀਰ ਵਿੱਚ ਕਿਤੇ ਵੀ ਸੋਜਿਸ਼ ਹੈ ਉਸ ਦੇ ਲਈ ਬਹੁਤ ਚੰਗਾ ਕੰਮ ਕਰਦਾ ਹੈ ਕਿਉਂਕਿ ਇਸ ਦੇ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਣੀ ਪਾਇਆ ਜਾਂਦਾ ਹੈ ਜਿਸ ਕਰਕੇ ਬੋਡੀ ਦੇ ਅੰਦਰ ਵਾਟਰ ਰੀਟੈਂਸ਼ਨ ਯਾਨੀ ਕਿ ਪਾਣੀ ਜਮਾ ਨਹੀਂ ਹੁੰਦਾ ਸਗੋਂ ਉਹ ਮੂਤਰ ਮਾਰਗ ਦੇ ਰਾਹੀਂ ਵਾਧੂ ਪਾਣੀ ਜਿਹੜਾ ਹੈ ਉਹ ਬਾਹਰ ਨਿਕਲਦਾ ਰਹਿੰਦਾ ਹੈ ਇਸ ਕਰਕੇ ਸਰੀਰ ਦੀ ਸੋਜਿਸ਼ ਨੂੰ ਖਤਮ ਕਰਨ ਵਿੱਚ ਇਹ ਬਹੁਤ ਹੀ ਲਾਭਦਾਇਕ ਹੈ ਗਰਮੀਆਂ ਦੇ ਵਿੱਚ ਖਰਬੂਜੇ ਦਾ ਸੇਵਨ ਕਰਨ ਨਾਲ ਕੈਲੇਸਟਰੋਲ ਜਿਹੜਾ ਵਧਿਆ ਹੋਵੇ ਉਹ ਘਟ ਜਾਂਦਾ ਹੈ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ਵਿੱਚ ਵੀ ਇਹ ਮਦਦ ਕਰਦਾ ਹੈ ਇਸ ਕਰਕੇ ਹਾਰਟ ਦੇ ਫੰਕਸ਼ਨਸ ਲਈ ਕਿਡਨੀ ਦੇ ਫੰਕਸ਼ਨਸ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਹਾਰਟ ਤੇ ਕਿਡਨੀ ਦੋਨਾਂ ਲਈ ਹੀ ਚੰਗਾ ਹੈ ਖੂਨ ਦੀ ਸਫਾਈ ਕਰਦਾ ਹੈ ਖਰਬੂਜਾ ਸਰੀਰਕ ਤਾਕਤ ਨੂੰ ਵੀ ਵਧਾਉਂਦਾ ਹੈ ਜਿੰਨਾ ਪੁਰਸ਼ਾਂ ਦੇ ਵਿੱਚ ਵਿਰੇਜ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ ਉਹਨਾਂ ਲਈ ਵੀ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤਾਸੀਰ ਵਿੱਚ ਠੰਡਾ ਹੋਣ ਕਰਕੇ ਜਿੰਨਾ ਭੈਣਾ ਨੂੰ ਮਹਾਵਾਰੀ ਦੇ ਦੌਰਾਨ ਬਹੁਤ ਜ਼ਿਆਦਾ ਖੂਨ ਪੈਂਦਾ ਹੈ ਉਹਨਾਂ ਲਈ ਬਹੁਤ ਲਾਭਦਾਇਕ ਹੈ ਜਿਨ੍ਹਾਂ ਨੂੰ ਗਰਮੀਆਂ ਵਿੱਚ ਅਕਸਰ ਨਕਸੀਰ ਛੁੱਟਦੀ ਹੈ ਜਾਂ ਫਿਰ ਖੂਨੀ ਬਵਾਸੀਰ ਦੀ ਦਿੱਕਤ ਹੈ ਉਸਦੇ ਲਈ ਵੀ ਇਹ ਬਹੁਤ ਹੀ ਜ਼ਿਆਦਾ ਚੰਗਾ ਹੈ ਕੱਚਾ ਤੇ ਖੱਟਾ ਫਲ ਸਾਨੂੰ ਸੇਵਨ ਨਹੀਂ ਕਰਨਾ ਚਾਹੀਦਾ ਇਹ ਸਾਰੇ ਫਾਇਦੇ ਲੈਣ ਦੇ ਲਈ ਸਾਨੂੰ ਪੱਕਿਆ ਹੋਇਆ ਮਿੱਠਾ ਫਲ ਜਿਹੜਾ ਹੈ ਉਹੀ ਫਾਇਦਾ ਕਰਦਾ ਹੈ ਖਰਬੂਜੇ ਦੇ ਬੀਜਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਤੇ ਇਹ ਵੀ ਤਾਸੀਰ ਵਿੱਚ ਠੰਡੇ ਹੁੰਦੇ ਹਨ ਅਸੀਂ ਜਿਹੜੇ ਬੀਜ ਹਨ ਇਹਨਾਂ ਨੂੰ ਕਿਸੇ ਵੀ ਰੈਸিপি ਦੇ ਵਿੱਚ ਵਰਤ ਸਕਦੇ ਹਾਂ ਪਰ ਖਾਸ ਕਰਕੇ ਖਰਬੂਜੇ ਦੇ ਫਲ ਬਾਰੇ ਜੇ ਕਹੀਏ ਤਾਂ ਇਸ ਨੂੰ ਅਸੀਂ ਇਸੇ ਤਰੀਕੇ ਕੱਟ ਕੇ ਜਿਸ ਤਰ੍ਹਾਂ ਅਸੀਂ ਆਮ ਫਲ ਖਾਂਦੇ ਹਾਂ ਉਸੇ ਤਰੀਕੇ ਹੀ ਖਾਣਾ ਬਿਹਤਰ ਹੁੰਦਾ ਹੈ ਇਸ ਫਲ ਦੇ ਨਾਲ ਸਾਨੂੰ ਕਿਸੇ ਵੀ ਹੋਰ ਫਲ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਫਲ ਦੇ ਨਾਲ ਪਾਣੀ ਤੇ ਦੁੱਧ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਇਸ ਫਲ ਨੂੰ ਸਾਨੂੰ ਉਦੋਂ ਹੀ ਲੈਣਾ ਹੈ ਜਦੋਂ ਸਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ ਇਸ ਨੂੰ ਭੋਜਨ ਦੇ ਨਾਲ ਜਾਂ ਭੋਜਨ ਤੋਂ ਤੁਰੰਤ ਬਾਅਦ ਨਾ ਖਾਓ ਠੰਡੀ ਤਸੀਰ ਦਾ ਹੋਣ ਕਰਕੇ ਇਸ ਦਾ ਸੇਵਨ ਸਾਨੂੰ ਰਾਤ ਵੇਲੇ ਵੀ ਨਹੀਂ ਕਰਨਾ ਚਾਹੀਦਾ ਭਾਵੇਂ ਦਿਨ ਵੇਲੇ ਕਿਸੇ ਵੀ ਸਮੇਂ ਭੁੱਖ ਲੱਗੇ ਤਾਂ ਅਸੀਂ ਖਰਬੂਜੇ ਦਾ ਸੇਵਨ ਕਰ ਸਕਦੇ ਹਾਂ ਕਈ ਲੋਕਾਂ ਨੂੰ ਤਪ ਤੋਂ ਬਹੁਤ ਜ਼ਿਆਦਾ ਅਲਰਜੀ ਹੁੰਦੀ ਹੈ ਜਿਸ ਕਰਕੇ ਉਹਨਾਂ ਦੀ ਸਕਿਨ ਦੇ ਵਿੱਚ ਪਿਗਮੈਂਟੇਸ਼ਨ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਦੇ ਕੇਸਸ ਦੇ ਵਿੱਚ ਖਰਬੂਜੇ ਦਾ ਸੇਵਨ ਬਹੁਤ ਫਾਇਦੇਮੰਦ ਹੈ ਇਸ ਦੇ ਅੰਦਰ ਹੀਲ ਕਰਨ ਦੀਆਂ ਪ੍ਰੋਪਰਟੀਆਂ ਹੋਣ ਕਰਕੇ ਇਹ ਸਨ ਬਰਨ ਦੇ ਲਈ ਤੇ ਟੈਨਿੰਗ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਇਥੋਂ ਤੱਕ ਕਿ ਤੁਸੀਂ ਇਸ ਦਾ ਫੇਸ ਪੈਕ ਬਣਾ ਕੇ ਵੀ ਵਰਤੋਂ ਕਰ ਸਕਦੇ ਹੋ ਉਸਦੇ ਲਈ ਅਸੀਂ ਖਰਬੂਜੇ ਦਾ ਸਾਦਾ ਜਿਹਾ ਪੇਸਟ ਬਣਾ ਕੇ ਹੀ ਫੇਸ ਤੇ ਅਪਲਾਈ ਕਰ ਸਕਦੇ ਹਾਂ ਉਸ ਦੇ ਵਿੱਚ ਸਾਨੂੰ ਕੁਝ ਵੀ ਹੋਰ ਮਿਲਾਉਣ ਦੀ ਲੋੜ ਨਹੀਂ ਹੈ ਖਰਬੂਜਾ ਸਨੇਗਧ ਹੁੰਦਾ ਹੈ ਭਾਵ ਕਿ ਰੁੱਖੀ ਨੇਚਰ ਦਾ ਨਹੀਂ ਹੈ ਇਸ ਦੇ ਵਿੱਚ ਕੁਦਰਤੀ ਤੇਲ ਪਾਇਆ ਜਾਂਦਾ ਹੈ ਇਸ ਦੇ ਨਾਲ ਨਾਲ ਇਹ ਬਾਤ ਦੋਸ਼ ਨੂੰ ਬੈਲੈਂਸ ਕਰਦਾ ਹੈ ਜਿਦੇ ਕਰਕੇ ਚਿਹਰੇ ਤੇ ਜਿਹੜੀਆਂ ਝੁਰੜੀਆਂ ਆਉਂਦੀਆਂ ਹਨ ਉਹਨਾਂ ਤੋਂ ਬਚਾਉਣ ਲਈ ਵੀ ਇਹ ਸਾਡੀ ਬਹੁਤ ਮਦਦਗਾਰ ਸਕਦਾ ਹੈ ਇਸ ਕਰਕੇ ਇਸ ਦਾ ਫੇਸ ਪੈਕ ਤੇ ਇਸ ਦਾ ਲਗਾਤਾਰ ਖਾਣ ਦੇ ਵਿੱਚ ਸੇਵਨ ਕਰਨ ਦੇ ਨਾਲ ਅਸੀਂ ਜਿਹੜੀ ਪ੍ਰੀ ਮੈਚੂਰ ਏਜਿੰਗ ਹੈ ਜਾਂ ਫਿਰ ਰਿੰਕਲਸ ਝੁਰੜੀਆਂ ਤੋਂ ਆਪਣੇ ਚਿਹਰੇ ਨੂੰ ਬਚਾ ਸਕਦੇ ਹਾਂ ਖਰਬੂਜੇ ਦਾ ਸਭ ਤੋਂ ਚੰਗਾ ਐਕਸ਼ਨ ਹੈ ਸਰੀਰ ਦੀ ਸਫਾਈ ਕਰਨਾ ਜਿਸ ਤਰ੍ਹਾਂ ਅਸੀਂ ਪਾਣੀ ਦੇ ਨਾਲ ਘਰ ਦੀ ਸਫਾਈ ਕਰਦੇ ਹਾਂ ਬਿਲਕੁਲ ਉਸੇ ਤਰ੍ਹਾਂ ਇਹਦੇ ਵਿੱਚ ਵਾਧੂ ਮਾਤਰਾ ਦੇ ਵਿੱਚ ਪਾਣੀ ਹੋਣ ਕਰਕੇ ਇਹ ਖੂਨ ਦੀਆਂ ਨਾੜੀਆਂ ਨੂੰ ਤੇ ਪੇਟ ਦੀਆਂ ਅੰਤੜੀਆਂ ਦੇ ਵਿੱਚੋਂ ਜਿਹੜੇ ਟੌਕਸਿਨਸ ਨੇ ਜਾਂ ਜੰਮੀ ਹੋਈ ਗੰਦਗੀ ਹੈ ਉਸ ਨੂੰ ਫਲਸ਼ ਕਰ ਦਿੰਦਾ ਹੈ ਇਸ ਕਰਕੇ ਵਧੇ ਹੋਏ ਕੋਲੇਸਟ੍ਰੋਲ ਦੇ ਲਈ ਪੇਟ ਦੇ ਰੋਗਾਂ ਦੇ ਲਈ ਹਾਰਟ ਦੇ ਲਈ ਕਿਡਨੀ ਦੇ ਲਈ ਇਹ ਖਰਬੂਜਾ ਜਿਹੜਾ ਫਲ ਹੈ ਬਹੁਤ ਹੀ ਜ਼ਿਆਦਾ ਵਧੀਆ ਹੈ ਬੇਸ਼ੱਕ ਖਰਬੂਜਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਫਿਰ ਵੀ ਸਾਨੂੰ ਇਸ ਦੀ ਮਾਤਰਾ ਦਾ ਧਿਆਨ ਬਹੁਤ ਜ਼ਰੂਰੀ ਹੈ ਕਿ ਅਸੀਂ ਮਾਤਰਾ ਦੇ ਅਨੁਸਾਰ ਹੀ ਖਾਈਏ ਕਿਉਂਕਿ ਇਹ ਪਚਨ ਦੇ ਵਿੱਚ ਭਾਰੀ ਫਲ ਹੋਣ ਕਰਕੇ ਬਹੁਤ ਜ਼ਿਆਦਾ ਮਾਤਰਾ ਵਿੱਚ ਖਾਧਾ ਜਾਏ ਤਾਂ ਸਾਡਾ weight gain ਵੀ ਕਰਵਾ ਸਕਦਾ ਹੈ ਤੇ ਜੇ ਅਸੀਂ ਥੋੜੀ ਮਾਤਰਾ ਵਿੱਚ ਖਾਂਦੇ ਹਾਂ ਤਾਂ ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ ਪਾਚਨ ਸੰਬੰਧੀ ਜ਼ਿਆਦਾ ਸਮੱਸਿਆਵਾਂ ਨਾ ਹੋਣ ਜਾਂ ਗੈਸ ਨਾ ਬਣੇ ਇਸ ਕਰਕੇ ਬਹੁਤ ਜ਼ਿਆਦਾ ਮਾਤਰਾ ਵਿੱਚ ਨਹੀਂ ਜਿੰਨਾ ਅਸੀਂ ਆਮ ਤੌਰ ਤੇ ਖਾਂਦੇ ਹਾਂ ਉਸੇ ਤਰ੍ਹਾਂ ਖਾਣਾ ਹੈ ਪਰ ਇਸ ਦੇ ਫਾਇਦੇ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਬਿਲਕੁਲ ਵੀ ਨਹੀਂ ਖਾਂਦੇ ਉਹ ਇਸ ਨੂੰ ਥੋੜੀ ਮਾਤਰਾ ਵਿੱਚ ਆਪਣੇ ਭੋਜਨ ਵਿੱਚ ਮੌਸਮ ਦੇ ਅਨੁਸਾਰ ਜ਼ਰੂਰ ਸ਼ਾਮਿਲ ਕਰਨ। ਜੇ ਅਸੀਂ ਖਰਬੂਜੇ ਦੇ ਬੀਜਾਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਚੰਗੀ ਮਾਤਰਾ ਵਿੱਚ ਪੋਟਾਸ਼ੀਅਮ ਮਿਲਦਾ ਹੈ ਜਿਹੜਾ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਨਾਲ ਇਸ ਦੇ ਅੰਦਰ ਵਿਟਾਮਿਨ ਏ ਤੇ ਬੀਟਾ ਕੈਰੋਟਿਨ ਹੋਣ ਕਰਕੇ ਇਹ ਸਾਡੀਆਂ ਅੱਖਾਂ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਇਨ੍ਹਾਂ ਬੀਜਾਂ ਵਿੱਚ ਚੰਗਾ ਪ੍ਰੋਟੀਨ ਪਾਇਆ ਜਾਂਦਾ ਹੈ ਜਿਹੜਾ ਕਿ ਸਾਡੇ ਵਾਲਾਂ ਲਈ ਸਕਿਨ ਲਈ ਤੇ ਨਹਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਓਮੇਗਾ 3 ਫੈਟੀ ਐਸਿਡ ਹੋਣ ਕਰਕੇ ਇਹ ਬੀਜ ਸਾਡੇ ਹਾਰਟ ਲਈ ਵੀ ਚੰਗੇ ਹਨ ਇਸ ਤੋਂ ਇਲਾਵਾ ਇਹ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ ਖਰਬੂਜੇ ਦੇ ਵਿੱਚ ਠੰਡੇ ਵੀ ਹੁੰਦੇ ਹਨ ਤੇ ਵਿਟਾਮਿਨ मिनਰਲਸ ਤੇ ਐਂਟੀਆਕਸੀਡੈਂਟਸ ਨਾਲ ਭਰੇ ਹੁੰਦੇ ਹਨ ਇਹ ਨਰਵ ਟੋਨਿਕ ਦਾ ਕੰਮ ਕਰਦੇ ਹਨ ਬ੍ਰੇਨ ਬੂਸਟਰ ਹਨ ਬੁੱਧੀ ਨੂੰ ਵਧਾਉਂਦੇ ਹਨ ਸਟ੍ਰੈਸ ਤੇ ਐਂਗਜ਼ਾਇਟੀ ਨੂੰ ਘਟ ਕਰਨ ਵਿੱਚ ਮਦਦ ਕਰਦੇ ਹਨ ਏਸੀ ਖਰਬੂਜਾ ਤੇ ਖਰਬੂਜੇ ਦੇ ਬੀਜਾਂ ਬਾਰੇ ਜਾਣਕਾਰੀ ਮੌਸਮ ਦੇ ਅਨੁਸਾਰ ਜੇ ਅਸੀਂ ਫਲਾਂ ਤੇ ਸਬਜ਼ੀਆਂ ਦੀ ਵਰਤੋਂ ਕਰਦੇ ਹਾਂ ਉਸ ਦਾ ਕੇਵਲ ਫਾਇਦਾ ਇਹ ਨਹੀਂ ਹੁੰਦਾ ਕਿ ਉਹ ਸਬਜ਼ੀਆਂ ਤੇ ਫਲ ਤਾਜ਼ੇ ਹੁੰਦੇ ਹਨ ਉਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਉਹ ਉਸ ਮੌਸਮ ਵਿੱਚ ਆਉਂਦੇ ਹਨ ਜਦੋਂ ਸਾਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਮੈਂ ਫਿਰ ਮਿਲਾਂਗੀ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ